ਇਹ ਨਾ ਜਲੂਸ ਨਹੀਂ ਕਰੋ, ਮੈਂ ਭੱਗ ਦੇਣੀ, ਮੈਂ ਹਲੋ ਕੋ ਦੇਣੀ ਆ ਪੋਟੀ ਖਟੀ ਪੜੀ ਲੈ ਕੇ ਆ ਗਿਆ। ਤੇ ਇਦਾਂ ਕਰ, ਆ ਕੋਡ ਹੈ ਨਾ ਜਿਹੜਾ ਬਾਰ ਕੋਡ ਆ, ਆ ਸਕੈਨ ਕਰ, ਤੈਨੂੰ ਇਹਦਾ ਪ੍ਰਾਈਜ਼ ਪਤਾ ਲਾ ਜੂਗਾ। ਮੈਂ ਪ੍ਰਾਈਜ਼ ਪ੍ਰੂਜ ਨਹੀਂ ਭਰਾਵਾ, ਤੂੰ ਪੱਟੀ ਪੁੱਟੀ ਸੱਟ ਪਰੇ ਨੂੰ ਕੋ ਨਹੀਂ ਲੱਗਦੀ ਹਾਲ ਬਾਬੇ ਠੀਕ ਠਾਕ ਹੋ? ਗੁੱਡ ਮਾਰਨਿੰਗ। ਅਤੇ ਤੁਹਾਨੂੰ ਤਾਂ ਪਤਾ ਹੀ ਆਪਾਂ ਕਿੱਥੇ ਚੱਲੇ ਹਾਂ, ਬਣੇ ਰਹੇ ਆਪਣੇ ਬਲੌਗ ਨਾਲ। ਚਲੀਏ ਲੋਏ ਲੋਏ, 10 ਵੱਜ ਗਏ, 11 ਵਜੇ ਦੀ ਅਪੁਆਇੰਟਮੈਂਟ। ਅਤੇ ਚਲੀਏ ਲੋਏ ਲੋਏ, ਪਹਿਲੇ ਧੁੱਪ ਆ ਗਈ ਹੈ ਪੂਰੀ। ਹੈਵ ਏ ਨਾਈਸ ਡੇ, ਗੁੱਡ ਮਾਰਨਿੰਗ ਬਨ ਸਕੇ ਸਾਰਿਆਂ ਨੂੰ, ਲਵ ਯੂ। ਲਓ ਬਾਬੇ ਫੜ ਲਿਆ ਪੇਪਰ, ਅਤੇ ਹੁਣ ਪਾ ਦੇ ਜੇ ਗੱਡੀ ਸਿੱਧਾ ਸ਼ਹਿਰ ਨਾ। ਤੇਲ ਪਵਾ ਦੇ ਭਾਜੀ, ਤੇਲ ਸਤਾਦ। ਹੋਰ ਕਿਵੇਂ? ਅਬੇ ਬੰਦਾ ਆ ਗਿਆ ਆਪਣਾ ਪੁਰਾਣਾ। ਲੰਬੂ ਕਿਵੇਂ ਆ? ਸੈਟਾਂ ਹੋ ਜਾਣ। ਅੱਜ ਖੇੜਿਆ ਨਹੀਂ ਲਾਦਾ ਪੂਰਾ, ਚਿਹਰੇ ਤੇ ਨੂਰ ਨਹੀਂ ਹੈਗਾ ਅੱਜ। ਸਿਹਤ ਨਹੀਂ ਠੀਕ ਹੈ। 500 ਦਾ ਪਾਣੀ। ਬੰਦਾ ਆ ਗਿਆ, ਇਹਨੂੰ ਮੈਂ ਕਿਹਾ ਤੇਰੇ ਬਿਨਾਂ ਦਿਨ ਨਹੀਂ ਲੱਗਾ ਸਾਡਾ, ਤੂੰ ਆਇਆ ਨਹੀਂ। ਕਹਿੰਦਾ ਮੈਨੂੰ ਕੰਮ ਸੀ, ਮੈਂ ਵਿਆਹ ਕਰਾਉਣ ਲੱਗਾ। ਕਹਿੰਦਾ ਵਿਆਹ ਕਰਤਾ ਇਹਦਾ? ਲਓ ਬਾਬਿਓ, ਪਹੁੰਚ ਗਿਆ ਤੁਹਾਡਾ ਭਰਾ, ਅਤੇ ਅੱਜ ਤੁਹਾਡੇ ਭਰਾ ਦਾ ਯੂਨੋ ਕਹਿੰਦੇ ਪਹਿਲਾਂ ਅੰਦਰ ਹਜੇ ਫੋਟੋ ਹੋਣੀ ਆ, ਫੋਟੋ ਕਰਾ ਕੇ 2 ਨੰਬਰ ਅਤੇ 3 ਨੰਬਰ 'ਤੇ ਫੇਰ ਸਾਡੇ ਕੋਲ ਆ। ਮੈਂ ਸਿੱਧਾ ਗੱਡੀ ਵਾਲਿਆਂ ਕੋਲ ਚੱਲ ਗਿਆ ਸੀਗਾ। ਚਲੋ ਕਰਾ ਲਈਏ ਹੁਣ ਆਪਾਂ, ਇੱਦਾਂ ਸੌਖਾ ਜੇ ਲਾਈਨ ਛੋਟੀ ਆ। ਮੇਰਾ ਲਾਈਨ ਅੱਗੇ ਉਹ ਬਾਹਰ ਤੱਕ, ਉਹ ਜਿੱਥੇ ਮੁੰਡਾ ਖੜ੍ਹਾ ਉੱਥੇ ਤੱਕ ਹੁੰਦੀ। ਆਖੇ ਲਾਈਨ 'ਚ ਇੰਨਾ ਟਾਈਮ ਖੜਿਆ ਵੀ, ਆਖੇ ਲਰਨਿੰਗ ਦਾ ਵੀ ਲਾਓ ਨਾਲ, ਹੈ ਨਾ। ਆਹ ਲਰਨਿੰਗ ਦਾ ਲਾਉਣ ਲੱਗਾ ਨਾਲ, ਫੋਟੋ ਕਾਪੀ ਕਰਾਉਣ ਆਇਆ। ਤੂੰ ਮੈਨੂੰ ਉੱਥੇ ਦੁਕਾਨ 'ਤੇ ਦੱਸ ਦੇ, ਹੈ ਨਾ, ਗੱਡਾ ਖੱਜਲ ਕਰਦੇ ਹੁੰਦੇ। 20 ਰੁਪਈਏ ਸੀਗੇ, ਮੈਂ ਟੁੱਟੇ ਹੈ ਨਹੀਂ ਸੀ, ਮੈਂ 200 ਦਾ ਦਿੱਤਾ। ਕਹਿੰਦੇ 20 ਰੁਪਈਏ ਦੇ ਦੇ ਟੁੱਟੇ। ਮੈਂ ਕੋਈ ਨਹੀਂ, ਜੇ ਨਹੀਂ ਹੈਗੇ ਤੁਸੀਂ 200 ਰੱਖ ਲਓ, ਇੱਥੇ ਜਾਣ ਲੱਗਾ ਮੈਨੂੰ ਹਲਾ ਜਾਣਾ, ਉੱਥੇ ਟਾਈਮ ਜਾਣ ਲੱਗਾ ਲੈ ਜੂੰਗਾ। ਉਹਨੇ ਲੈ ਹੀ ਨਹੀਂ, ਕਹਿੰਦੀ ਨਹੀਂ ਰਹਿਣ ਦੋ ਤੁਸੀਂ, ਕੋਈ ਨਹੀਂ। ਮੈਂ ਕਿਹਾ ਧੰਨਵਾਦ, ਤੁਹਾਡੀ ਮਰਜ਼ੀ, ਹੁਣ ਜਾਣ ਲੱਗੇ ਇੱਕ ਵਾਰੀ ਪੁੱਛ ਲਾਂਗੇ, ਹੈ ਨਾ, ਜੇ ਰੱਖੂਗੇ ਠੀਕ ਆ, ਨਹੀਂ ਤਾਂ ਫਿਰ ਮੈਂ ਹੁਣ ਮੈਂ ਕਿਹਾ ਹੁਣ ਕਹਿੰਦੀ ਮੇਰੇ ਤਾਂ ਹੈ ਨਹੀਂ ਟੁੱਟੇ ਵਾਪਸ ਕਰਨ, ਦੇਖ ਲੈਣ ਜਾਣ ਲੱਗੇ ਕੋਈ ਨਾ, ਜਦ ਤੱਕ ਕਸਟਮਰ ਆਈ ਜਾਂਦੇ ਹੁੰਦੇ ਕੋਈ, ਹੈ ਨਾ, ਫਿਰ ਮੋੜ ਦੇ ਦਾਂਗੇ। ਅਤੇ ਚਲੋ ਹੁਣ ਦੇ ਲਈਏ, ਫਿਰ ਦੁਬਾਰਾ ਫਿਰ ਲਾਈਨ 'ਚ ਖਰੇ ਲੱਗਣਾ ਪੈਣਾ। ਮੈਨੂੰ ਵੀ ਐਂ ਘੁਮਾਉਣੀ ਪੈਣੀ ਬਾਬੇ, ਐਂ ਚਲਾ ਕੇ ਦੇਖਦੇ ਆ। ਚਲੋ ਸ਼ੁਕਰ ਹੈ, ਇੰਨੀ ਜਦੋਂ ਸ਼ਹਿਰ ਦੇ ਬਾਅਦ ਲਾਈਨਾਂ ਲੂਨਾਂ 'ਚ ਲੱਗ ਕੇ, ਅਤੇ ਹੁਣ ਆਪਣੇ ਟੈਸਟ ਦੇਣ ਦੀ ਵਾਰੀ ਆਈ ਹੈ। ਸਾਇੰਸ ਨੂੰ ਕਰਕੇ ਸਾਰਾ ਕੁਛ ਲਾ ਕੇ ਇਹ ਤੋਂ ਵੀ ਜੱਜ ਇਹ। ਚਲੋ ਇੰਨਾ ਤਾਂ ਇਨਫੋਰਮੇਸ਼ਨ ਤੁਹਾਨੂੰ ਵੀ ਮਿਲ ਗਈ ਕੀ ਹੁੰਦਾ, ਹੈ ਨਾ। ਇਹਨਾਂ ਦੀ ਗੱਡੀ ਲਿਆਉਣੀ ਹੈ ਫਿਰ 300 ਰੁਪਈਆ। ਜੇ ਤੁਸੀਂ ਆਪਣੀ ਆਪਣੀ ਸਹੀ ਰਹਿੰਦੀ ਬਾਬੇ, ਆਪਣੀ ਲਾਇਆ ਕਰੋ, ਨਾਲੇ ਹੱਥ ਲੱਗੀ ਹੁੰਦੀ ਗੱਡੀ, ਕੋਈ ਚੱਕਰ ਨਹੀਂ ਹੁੰਦਾ, ਹੈ ਨਾ। ਇਹ 300 ਰੁਪਈਆ ਲੈਂਦੇ, ਪਰ ਇਹਨਾਂ ਦੀ ਉਹੀ ਜਿੰਨ ਜੁੰਨ ਜੀ ਵਰਗੀ ਮਰੂਤੀ ਮਰਾਤੀ ਵਰਗੀ ਹੁੰਦੀ ਗੱਡੀ, ਉਹ ਜੇ ਤਾਂ ਰਾਹ 'ਚ ਬੰਦ ਹੋ ਗਈ ਤੁਹਾਡਾ ਕੈਂਸਲ ਹੋ ਜੂਗਾ ਕੰਮ, ਹੈ ਨਾ। ਇੰਨਾ ਵਧੀਆ ਆਪਣੀ ਗੱਡੀ ਲੈ ਲਓ ਬੰਦਾ ਆਰਾਮ ਨਾਲ, ਉਹ ਦੇ ਕੇ ਟੈਸਟ ਦੇ ਦੇਵੇ ਅਤੇ ਟੈਸਟ ਕਲੀਅਰ ਹੋ ਜਾਂਦਾ। ਅੱਜ ਮੈਂ ਨੌਲੇਜ ਦੱਸੀ ਆ ਨਾ ਤੁਹਾਨੂੰ, ਮੈਂ ਸਾਰੀਆਂ ਏ ਟੂ ਜ਼ੈੱਡ ਆ ਜਿਹਨਾਂ ਨੇ ਬਣਾਉਣਾ ਲਾਇਸੈਂਸ ਮੇਰੇ ਭਰਾ, ਹੈ ਨਾ। ਆਪਣੀ ਗੱਡੀ ਲਾਇਆ ਕਰੋ, ਹੱਥ ਲੱਗੀ ਹੁੰਦੀ ਨਾਲੇ, ਅਤੇ ਨਾਲੇ ਉੱਡੇ ਬੰਦਾ ਪਾਸ ਹੋ ਜਾਂਦਾ। ਇਹਨਾਂ ਦੀ ਮਰੂਤੀ ਆ ਬਾਬੇ, ਕਿਤੇ ਵੀ ਖੜ ਜਾਂਦੀ ਉਹ। 47 ਤੋਂ ਪਹਿਲਾਂ ਪਹਿਲਾਂ ਆਉਣਾ ਮੈਂ, 15 ਸੈਕਿੰਡ ਜਾ ਗਿਆ ਵਾਪਸ। ਅੱਛਾ, ਉਹ ਜਿਹੜਾ ਉੱਪਰ ਜੰਪ ਜਾ, ਉਹਦੇ ਕੋਲ ਰੁਕਣਾ ਜਾ ਕੇ, ਹੈ ਨਾ। ਹਾਂ, ਜਦੋਂ ਹਾਂ ਆ ਗਏ ਉੱਥੋਂ ਬੈਗ ਇੱਧਰੋਂ ਜਾ, ਨਾ ਇੱਦਾਂ ਘੁੰਮ ਕੇ ਆਉਣਾ ਬਣਾ। ਅੱਛਾ, ਇੱਧਰ ਨੂੰ ਜਾ ਕੇ ਪਹਿਲਾਂ ਇੱਥੋਂ ਆਉਣਾ ਫਿਰ? ਉਹ ਯਾਰ ਨਹੀਂ, ਦੱਸ ਹੁਣ, ਉਹ ਪੁਲ ਤੋਂ ਆਪਾਂ ਪਹਿਲਾਂ ਸਿੱਧਾ ਆ ਗਏ, ਉੱਥੇ ਬੈਕ ਲਾ ਲਈ, ਉੱਥੋਂ ਫਿਰ ਇੱਧਰ ਨੂੰ ਮੁੜਨਾ ਕਿ ਇੱਧਰ ਨੂੰ? ਆਹ ਦੇ ਐਰੋ ਲੱਗੇ ਦੇ, ਐਰੋ ਦੇਖਣੇ ਆ ਦੇ। ਹਾਂ, ਇੱਥੋਂ ਜਾ ਕੇ ਉੱਥੋਂ ਘੁੰਮ ਕੇ ਉੱਪਰ ਘੁੰਮ ਕੇ ਸਹੀ ਆ, ਸਹੀ। ਉਹ ਪਤਾ ਨਹੀਂ, ਅੱਛਾ ਤੁਹਾਡਾ ਕੈਂਸਲ ਹੋ ਗਿਆ ਪਹਿਲਾਂ? ਕੈਂਸਲ ਹੈ ਵੀ, ਹੈ ਨਾ। ਉੱਥੋਂ ਇੱਥੋਂ ਫਿਰ ਬੈਕ ਲਾਣੀ ਆ। ਨਹੀਂ ਫਿਰ ਹੋਰ ਆ ਕੇ ਕਦੋਂ ਆਉਣਾ? ਹੋਰ ਆ ਉਹ ਇੱਥੋਂ ਬੈਕ ਲਾ ਕੇ ਉੱਥੇ ਚਲ ਗਏ ਆ, ਉੱਥੇ ਬੈਕ ਕਰਨੀ ਆ ਉੱਥੇ ਤੱਕ।
ਹਾਂ ਉਹਦੇ ਨਾਲ ਹੀ ਉੱਪਰ ਦੇ ਹਾਂ ਤੇ ਫਿਰ ਇੱਥੋਂ ਬੈਕ ਲੈਣੀ ਉੱਥੇ ਤੱਕ ਫਿਰ ਉੱਥੋਂ ਬਾਹਰ ਕੱਢਣੀ ਆ ਹੈਨਾ ਸਹੀ ਆ ਲਾਗੇ ਸਮਝ ਹੁਣ ਇਹੀ ਧਿਆਨ ਰੱਖਣਾ ਹੈ ਹਾਂ ਧਿਆਨ ਰੱਖਾਂਗੇ ਇਹਨਾਂ ਦੀ ਮਰੂਤੀ ਆ ਜੇ ਕਿਸੇ ਕੋਈ ਗੱਡੀ ਹੈਨੀ ਹੈਨਾ ਸਹੀ ਹੈ ਲਾਗੇ ਸਮਝ ਭਾਈ ਯਾਰ ਮੈਂ ਕਿਹਾ 300 ਰੁਪਈਆ ਤੇਰਾ ਗੱਡੀ ਦਾ ਨਹੀਂ ਲੈਣਾ ਯਾਰ ਆਹ ਨਾ ਸਾਡੀ ਗੱਡੀ ਤੇ ਟਰਾਈ ਦੇ ਦੇ ਕਿਉਂ ਭਾਈ ਕਹਿੰਦਾ ਕਿ ਖਾ ਪੀ ਲਵਾਂਗੇ ਮੈਂ ਕਿਹਾ ਅਸੀਂ ਨਹੀਂ ਕਹੋ ਖਾਣਾ ਤੂੰ ਆਪਣੇ ਜਵਾਕਾਂ ਨੇ ਲੈ ਲਈ ਕੁਛ ਖਾਣ ਨੂੰ ਉਹੀ ਤੇਰਾ 300 ਬਚਾ ਦਾਂਗੇ ਕਿਉਂ ਦੂਜੀ ਗੱਡੀ ਦਾ 300 ਲੈਣਾ ਤੁਹਾਡੇ ਕੋਲ ਆਰਾਮ ਨਾਲ ਇੱਥੇ ਆ ਬੈਗ ਹਾਂ ਪਹਿਲਾ ਪੈ ਗਿਆ ਆ ਦੂਜਾ ਪੈ ਗਿਆ ਤੀਜਾ ਚੌਥਾ ਪੰਜਵਾਂ ਹਾਂ ਓਦਾਂ ਮੈਂ ਤੁਹਾਨੂੰ ਦੱਸਦਾ ਸਹੀ ਆ ਨਾ ਉਦਾਂ ਅੰਕਲ ਹੈਵੀ ਡਰਾਈਵਰ ਆ ਪੂਰਾ ਨਾਲੇ ਯਾਰ 300 ਰੁਪਈਆ ਬੇਚਾਰੇ ਬਜ਼ੁਰਗ ਦਾ ਬਚ ਜਾਊਗਾ ਨਹੀਂ ਤਾਂ ਉੱਥੇ ਵੀ ਤਾਂ ਉਹਨੇ ਲੈਣਾ ਹੀ ਆ ਮੈਂ ਕਹਿੰਦਾ ਇੱਥੇ ਨਾ ਗੱਡੀ ਲੈ ਲਈ ਆਰਾਮ ਨਾਲ ਜੇ ਕੋਈ ਆਉਂਦਾ ਕਹਿੰਦਾ ਸਾਨੂੰ 200 ਦੇ ਦਿਓ ਕੋਈ ਨੀ ਤੂੰ ਲਓ ਗੱਡੀ ਮਜ਼ਾਕ ਕਰਦਾ ਆਪਣੇ ਤਿੰਨ ਬੰਦਿਆਂ ਦੇ ਉਹ ਕਰਦੇ ਪੈਸੇ ਬਚਾ ਤੇ ਤਿੰਨ ਬੰਦਿਆਂ ਦੇ 300 ਰੁਪਈਆ ਲੈਂਦੇ ਬਾਬੇ ਬੜੇ ਪੈਸੇ ਬਣਾਉਂਦੇ ਆ 300 ਰੁਪਈਏ ਦੇ ਹਿਸਾਬ ਨਾਲ ਤੁਸੀਂ ਹਿਸਾਬ ਲਾ ਲਓ ਕਿੰਨੇ ਬੰਦੇ ਆਉਂਦੇ ਦਿਹਾੜੀ 'ਚ ਹਰੇਕ ਤਾਂ 300 ਰੁਪਈਆ ਜੇ ਤੋਂ ਗੱਡੀ ਨਹੀਂ ਹੈਗੀ ਜੇ ਤੋਂ ਹੈਗੀ ਆ ਉਹ ਆਪਣੀ ਗੱਡੀ 'ਚ ਦੇ ਸਕਦਾ ਜਿਹਦੇ ਕੋਲ ਹੈ ਨਹੀਂ ਉਹ 300 ਰੁਪਈਆ ਦੇਵੇ ਉਸਤਾਦ ਅਤੇ 100 ਬੰਦਾ ਵੀ ਆਇਆ 100 ਤੋਂ ਜ਼ਿਆਦਾ ਹੀ ਆਉਂਦੇ 30,000 ਇੱਕ ਦਿਨ ਦਾ ਅਤੇ 3-4 ਬੰਦਿਆਂ ਨੂੰ ਮੈਂ ਦਵਾ ਦਿੱਤੀ ਮੈਂ ਕਿਹਾ ਦੇ ਲਾ ਯਾਰ ਗੇੜਾ ਕੋਈ ਚੱਕਰ ਨਹੀਂ ਉਹੀ ਤੇਰੇ ਪੈਸੇ ਵੱਧ ਜਾਣਗੇ ਹੈ ਨਾ ਖੜੇ ਹਾਂ ਬਾਬੇ ਪਤਾ ਨਹੀਂ ਕਦੋਂ ਬਾਰੀ ਆਉਣੀ ਹਜੇ ਬਹੁਤ ਨੰਬਰ ਪਏ ਆ ਬੋਰ ਹੋਣ ਲੱਗ ਪਿਆ ਤੁਹਾਡਾ ਭਰਾ ਅੱਜ ਨੀਂਦ ਆਉਣ ਲੱਗ ਪਈ ਦਿਨ ਪੂਰੀ ਤਰ੍ਹਾਂ ਦਾ ਅੱਜ ਧੁੱਪ ਬਹੁਤ ਇੱਕ ਗਰਮੀ ਆ ਨਾ ਸੇਹ ਦੇਖ ਕੇ ਤਾਂ ਨਹੀਂ ਕਿਸੇ ਤਾਂ ਭਾਈ ਆ ਤੁਹਾਡੀ ਨਹੀਂ ਨਹੀਂ ਮੈਂ ਤਾਂ ਬਿਮਾਰ ਹੋ ਗਿਆ ਬਿਮਾਰ ਕੋਈ ਨਹੀਂ ਪਹਿਲਾਂ ਮੋਟਰਸਾਈਕਲ ਚਲਾ ਦਿਓ ਭਾਈ ਇਹਨੂੰ ਕਹਿੰਦੇ ਪਹਿਲਾਂ ਮੋਟਰਸਾਈਕਲ ਚਲਾ ਕੇ ਤਾਂ ਹਾਲ ਪੇ ਗੱਡੀ ਦੇਣੀ ਤੈਨੂੰ ਹੁਣ ਨਵਾਂ ਸੱਪ ਕੱਢਤਾ ਕਹਿੰਦੇ ਇਹ ਪਹਿਲਾਂ ਚਲਾਓ ਮੋਟਰਸਾਈਕਲ ਅਤੇ ਬਾਅਦ 'ਚ ਮਿਲਣਾ ਤੈਨੂੰ ਚਲੋ ਦੇਖਦੇ ਹਾਂ ਪਹਿਲਾਂ ਸਕੂਟਰੀ ਚਲਾਉਣੀ ਪੈਣੀ ਫਿਰ ਗੱਡੀ ਦਾ ਕਹਿੰਦੇ ਬਾਅਦ 'ਚ ਗੱਡੀ ਦਾ ਬਾਬੇ ਪਹਿਲਾਂ ਮੋਟਰਸਾਈਕਲ ਦਾ ਦਵਾਂਗੇ ਫਿਰ ਗੱਡੀ ਦਾ ਅੰਕਲ ਲੈ ਹੀ ਆਇਆ ਮੇਰੇ ਮਗਰ ਮੋਟਰ ਸਕੂਟਰੀ ਲੈ ਆਇਆ ਅੰਕਲ ਖਿੱਚ ਦੇਣਾ ਕੰਮ ਨੂੰ ਠੀਕ ਹੈ ਹੁਣ ਲਾਈਟ ਚੱਲ ਗਈ ਬਾਬੇ ਉਹ ਲਾਈਟ ਚੱਲ ਗਈ ਹੁਣ ਜਨਰੇਟਰ ਵੀ ਹੈ ਨਹੀਂ ਗਾ ਹਾਂ ਲਾਈਟ ਪਤਾ ਨਹੀਂ ਕਦੋਂ ਆਉਣੀ ਆ ਬੈਠੇ ਰਹੋ ਇੱਥੇ ਅਤੇ ਹੁਣ ਦੇਖਦੇ ਹਾਂ ਬਾਬੇ ਸਕੂਟਰੀ ਦਾ ਮੈਂ ਕਿਹਾ ਮੋਟਰਸਾਈਕਲ ਲੰਬਾ ਬਹੁਤ ਉੱਥੇ ਜਦੋਂ ਛੋਟਾ ਹੈ ਨਾ ਥਾਂ ਮੋੜਿਆ ਲੱਤ ਲੱਗ ਜਾਣੀਆਂ ਮੈਂ ਕਿਹਾ ਸਕੂਟਰੀ ਸੌਖੀ ਰਹਿਣੀ ਸਕੂਟਰੀ ਅੰਕਲ ਤੋਂ ਲੈ ਲਵਾਂਗੇ ਅਤੇ ਹੁਣ ਚੱਲ ਗਈ ਲਾਈਟ ਜਦੋਂ ਆਪਣੀ ਵਾਰੀ ਆਈ ਸੀ ਇੰਨੇ ਜਣੇ ਖੜ੍ਹੇ ਸਾਰੇ 2 ਵਜੇ ਤੋਂ ਬਾਅਦ ਹੀ ਹੋਣਾ ਮੈਂ ਕਿਹਾ ਚਲੋ ਚਾਹ ਚੂਹ ਪੀ ਜਾਂਦੇ ਜਦ ਤੱਕ ਹਾਂ ਪਰ ਆਹ ਗਲਤ ਕੰਮ ਅੰਕਲ ਇਹਨਾਂ ਦਾ ਜੇ ਲਰਨਿੰਗ ਬਣਾਉਂਦੇ ਉਦੋਂ ਹੀ ਮੋਟਰਸਾਈਕਲ ਦਾ ਬਣਾ ਕਿਉਂ ਲੈਂਦੇ ਟਰਾਈ ਇੱਥੇ ਫਿਰ ਮੋਟਰਸਾਈਕਲ ਦੇ ਲੈਂਦੇ ਟਰਾਈ ਗੱਡੀ ਵਾਲੇ ਵੇਲੇ ਵੀ ਲਰਨਿੰਗ ਵਾਲੇ ਨਹੀਂ ਟਰਾਈ ਲੈਂਦੇ ਲਰਨਿੰਗ ਤੇ ਇਹਨਾਂ ਨੂੰ ਟਰਾਈ ਲੈਣੀ ਚਾਹੀਦੀ ਹੈ ਮੋਟਰਸਾਈਕਲ ਦੀ ਹਾਂ ਉਦੋਂ ਕੰਮ ਨੇ ਬੜ ਜਾਂਦਾ ਹਾਂ ਟਰਾਈ ਵਾਲੇ ਦੋ ਚੀਜ਼ਾਂ ਕਿੱਦਾਂ ਬੰਦਾ ਲੈ ਕੇ ਆਊ ਉਹ ਤਾਂ ਕਰਦਾ ਕਹਿੰਦੇ ਜੇ ਆਪਣੇ ਰਿਸਕ ਤੇ ਕਰਨੀ ਵੇਟ ਕਰ ਲਓ ਹਨਾ ਚਲੋ ਫਿਰ ਉਹ ਕਹਿੰਦੇ ਆਪਣੇ ਰਿਸਕ ਤੇ ਕਰ ਲਓ ਜੇ ਵੇਟ ਕਰਨੀ ਆ ਕੱਲੂ ਚੱਲੂਗਾ ਮੈਂ ਲੈ ਲਈ ਫਾਇਲ ਮੈਂ ਕੱਲੂ ਆ ਜਾਵਾਂਗੇ ਕੱਲੂ ਆ ਜਾਵਾਂਗੇ ਬਾਬੇ ਚੱਲੇ ਤੁਸੀਂ ਚੱਲ ਠੀਕ ਹੈ ਅੰਕਲ ਨਾਈਸ ਟੂ ਮੀਟ ਕਰ ਲਿਓ ਫੋਨ ਤੁਸੀਂ ਓਕੇ ਅੰਕਲ ਜੇ ਕਿ ਚੱਲ ਪਿਆ ਅੱਧੇ ਘੰਟੇ ਤੱਕ ਮੈਂ ਸ਼ਹਿਰ ਹੀ ਮੈਨੂੰ ਲਾ ਲਿਓ ਫੋਨ ਕੋਈ ਨਹੀਂ ਹੋਰ ਹੋਰ ਚੱਲ ਕਰ ਲਿਆ ਫੋਨ ਜਿੱਦਾਂ ਵੀ ਹੋਇਆ ਕਰ ਲਵਾਂ ਮੈਂ ਤੈਨੂੰ ਦੱਸ ਦੂੰਗਾ ਓਕੇ ਲਓ ਬਾਬੇ ਹੁਣ ਇਹਨਾਂ ਨੇ ਇੱਦਾਂ ਕਿਹਾ ਕਿ ਸਿਸਟਮ ਨਹੀਂ ਹੈਗਾ ਚੱਲਿਆ ਜੇ ਤੁਸੀਂ ਵੇਟ ਕਰਨੀ ਆਪਣੇ ਰਿਸਕ ਤੇ ਕਰ ਲਓ ਇਹ ਨਾ ਹੋਵੇ ਬਾਅਦ 'ਚ ਤੁਸੀਂ 5-6 ਵਜੇ ਸਾਨੂੰ ਕਹੋ ਕਿ ਹਾਂ ਵੀ ਸਿਸਟਮ ਦਾ ਹਜੇ ਵੀ ਨਹੀਂ ਚੱਲਿਆ ਸੋ ਮੈਂ ਕਿਹਾ ਚਲੋ ਠੀਕ ਆ ਕੱਲ੍ਹ ਦੀ ਅਪਾਇੰਟਮੈਂਟ ਲੈ ਲੈਂਦੇ ਦੁਬਾਰਾ ਫਿਰ ਆਪਾਂ ਆ ਜਾਵਾਂਗੇ ਅਤੇ ਜੇ ਇੱਥੇ ਵੇਟ ਕਰੀਏ ਤੁਹਾਨੂੰ ਪਤਾ ਬਾਬੇ ਪਸ਼ੂਆਂ ਦਾ ਵੀ ਕੰਮ ਆਪਣਾ ਰੁਕ ਜਾਣਾ ਜਾ ਕੇ ਪੱਠੇ ਪਾਉਣੇ ਆ ਤੁਹਾਨੂੰ ਪਤਾ ਫਿਰ ਮਾਤਾ ਨੂੰ ਥੋੜ੍ਹੀ ਕਹੂੰਗਾ ਹੈ ਨਾ ਮਾਮਾ ਖੁਦੇ ਹੁੰਦਾ ਉਹ ਲਿਆ ਦਿੰਦਾ ਹੁੰਦਾ ਚੱਲ ਕੁਦਰਤ ਦੇ ਮੈਨੂੰ ਹੁੰਦੇ ਹੁਣ ਦੇਖਦੇ ਹਾਂ ਕੱਲ੍ਹ ਨੂੰ ਕਰ ਲਵਾਂਗੇ ਆਪਾਂ ਕੰਮ ਤੁਹਾਨੂੰ ਪਤਾ ਅੱਜ ਸਾਰਾ ਦਿਨ ਖੱਜਲ ਹੀ ਹੋਏ ਆ ਸਤਾਰ ਇਵੇਂ ਕੰਮ ਹੁੰਦਾ ਬਾਬੇ ਬਾਹਰ ਵਾਲੇ ਤੁਸੀਂ ਵੀ ਦੇਖ ਲਓ ਇਵੇਂ ਇੱਥੇ ਕੰਮ ਖੱਜਲ ਹੁੰਦਾ ਬਾਹਰ ਵਾਲਾ ਸਿਸਟਮ ਨਹੀਂ ਹੈਗਾ ਕੋਈ ਵੀ ਇਹ ਹੁਣ ਇਹਨਾਂ ਦਾ ਸਿਸਟਮ ਇਹ ਵੀ ਨਹੀਂ ਪਤਾ ਕੱਲ੍ਹ ਨੂੰ ਚੱਲਣਾ ਕਿ ਨਹੀਂ ਚੱਲਣਾ ਉੱਦਾਂ ਬਾਈ ਉਰੇ ਇੱਕ ਆਪਣਾ ਫਰੈਂਡ ਬਣ ਗਿਆ ਉਹ ਕਹਿੰਦਾ ਮੈਂ ਫੋਨ ਕਰ ਦੂੰਗਾ ਤੈਨੂੰ ਸਵੇਰੇ ਮੈਨੂੰ ਦੱਸ ਕੇ ਆ ਜਾਈ ਕੋਈ ਚੱਕਰ ਨਹੀਂ ਹੈਗਾ ਜੇ ਆਪਣੀ ਗੱਡੀ ਲੈ ਆਉਂਦੀ ਤਾਂ ਉਹ ਵੀ 500 ਦਾ ਤੇਲ ਪੈਣਾ ਹੀ ਹੈ ਤੁਹਾਨੂੰ ਪਤਾ 1000 ਦਾ
ਤੇ ਜੇ ਇਹਨਾਂ ਦੀ ਗੱਡੀ ਚਲਾਉਣੀ 300 ਰੁਪਈਆ ਦੇਖ ਲਾਂਗੇ ਬਾਕੀ ਸਵੇਰੇ ਜਿੱਦਾਂ ਵੀ ਹੋਊਗਾ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਪਿੰਡ ਨੂੰ ਕਰਦੇ ਹਾਂ ਬਲੌਕਾਂ ਨੂੰ 20 ਰੁਪਈਏ ਸੀਗੇ ਤੁਹਾਡੇ ਹੈਗੇ ਟੁੱਟੇ ਹੁਣ ਸਵੇਰੇ ਮੈਂ ਆਉਣਾ ਫਿਰ ਸਵੇਰੇ ਦੇ ਦੇਵਾਂ 200 ਤਾਂ ਹੈਗਾ ਟੁੱਟੇ 200 ਦੇ ਵੀ ਨਹੀਂ ਚਲੋ ਕੱਲ੍ਹ ਆਉਣਾ ਫਿਰ ਮੈਂ ਕੱਲ੍ਹ ਦੇ ਦੂੰਗਾ ਮੈਂ ਕਿਹਾ ਆ ਗਏ ਹੁਣੇ ਕੁੜੀ ਕੋਲ ਸ਼ਾਇਦ ਉਹ ਕਹਿੰਦੇ ਹੈ ਨਹੀਂ ਮੇਰੇ ਕੋਲ ਕੱਲ੍ਹ ਨੂੰ ਦੇ ਦੂੰ ਕੋਈ ਨਹੀਂ ਚਲੋ ਚਲੀਏ ਬਾਬੇ ਆਪਾਂ ਹੁਣ ਖੱਜਲ ਖਵਾਰ ਹੋ ਕੇ ਸਾਰਾ ਦਿਨ ਗੁੱਸਾ ਬਹੁਤ ਆਇਆ ਮੈਨੂੰ ਆਪਣਾ ਭਰਾ ਇੱਕ ਆਇਆ ਜੇਲ੍ਹ ਤੋਂ ਸੈਸ਼ਨ ਚੌਂਕ ਮਾੜਾ ਜਿਹਾ ਮੈਂ ਕਿਹਾ ਉਹਨੂੰ ਵੀ ਮਿਲ ਲੈਂਦੇ ਹਾਂ ਨਾਲ ਉਹਦੀ ਮਾਤਾ ਉਹਨੂੰ ਘਰ ਛੱਡ ਕੇ ਕਠਾ ਰਾਹ 'ਚ ਹੀ ਉਹਨਾਂ ਦਾ ਪਿੰਡ ਆਉਂਦਾ ਫਿਰ ਮੈਂ ਘਰ ਨੂੰ ਆ ਜਾਣਾ ਬਾਅਦ ਉਹ ਖੜੀ ਬੱਸ ਬਾਬੇ ਵਿੱਚ ਲੈ ਕੇ ਆਉਂਦੇ ਹੁੰਦੇ ਆ ਉਹ ਦੀਦੀ ਤੁਹਾਨੂੰ ਗੱਡੀ ਪਾਰਕ ਕਰ ਦੇਵਾਂ ਹੁਣ ਮੈਂ ਇੱਥੇ ਇੱਦਾਂ ਹੋੜ ਦਿੰਦੇ ਬਾਬੇ ਉਹ ਲਿਆ ਕੇ ਇੱਥੇ ਅੰਦਰ ਤੁਹਾਨੂੰ ਮਿਲ ਲਿਆ ਮਾਤਾ ਨੂੰ ਲਾ ਕੇ ਕਠਾਰ ਅਤੇ ਉਹ ਲਾਤੀ ਗੱਡੀ ਅਤੇ ਆਟਾ ਲੈਣਾ ਸੀ ਛਿੰਦੇ ਦਿਓ ਕਿਉਂਕਿ ਸਾਗ ਬਣਾਉਣਾ ਹੈ ਨਾ ਕੀ ਮੱਕੀ ਦਾ ਹੁੰਦਾ ਪਤਾ ਨਹੀਂ ਘਰੇ ਪੁੱਛ ਕੇ ਫਿਰ ਉਹ ਲੈ ਕੇ ਫਿਰ ਆਪਾਂ ਚੱਲਦੇ ਘਰ ਨੂੰ ਕੰਮ ਹੋ ਗਿਆ ਫਿਨਿਸ਼ ਹੁਣ ਗੋਲ ਗੱਪੇ ਖਾਣ ਦਾ ਮਨ ਵੀ ਹੈਗਾ ਅਤੇ ਆਪਣਾ ਉਹ ਕਰੀ ਜਾਂਦਾ ਗੋਲ ਗੱਪੇ ਵਾਲਾ ਬਾਥਰੂਮ ਕਰੀ ਜਾਂਦਾ ਮਹਾਰਾਜ ਚੱਲ ਕੋਈ ਨਹੀਂ ਕਰ ਲਵਾਂਗੇ ਅਤੇ ਆਪਾਂ ਗਿਰੀਆਂ ਲੈ ਤੁਹਾਡੇ ਉਹ ਹੈਗੇ ਦਾਣੇ ਛੋਟੇ ਮੂੰਗਫਲੀ ਜਿਹੜੇ ਕੱਢੇ ਹੁੰਦੇ ਆ ਹੈਗੇ ਨਾ 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 ਖੱਟੀ ਨਹੀਂ ਇਕੱਲੀ ਮਿੱਠੀ ਬਸ ਦੈਟਸ ਇਟ ਹੱਥ ਧੋ ਲੈ ਕੇ ਇੱਦਾਂ ਦੇਤਾ ਮੈਨੂੰ ਨਹੀਂ ਮੇਰੇ ਸਾਹਮਣੇ ਧੋਤੇ ਮਜ਼ਾਕ ਕਰਦਾ ਸਟਾਰ ਸ਼ਕਲ ਉਹ ਗਿਰੀਆਂ ਅਤੇ ਹੁਣ ਆਪਾਂ ਚੱਲੇ ਹਾਂ ਗਰਕ ਹੋ ਇਹ ਸਿੱਧਾ ਰੋਡ ਆਪਣੇ ਜਾਂਦਾ ਘਰ ਨੂੰ ਆਪਾਂ ਖੜੇ ਆਪਣੇ ਸ਼ਹਿਰ ਈਵਨਿੰਗ 84 'ਚ ਇਹ ਗੋਲ ਪੈਣਾ ਅਤੇ ਹੁਣ ਚੱਲੀਏ ਲੋਲੀ ਲੋ ਬਾਬੇ ਉਹ ਕਰ ਲਈਏ ਪੱਠੇ ਕੁੱਤਰ ਲਈਏ ਪੱਠਾ ਪੱਠੇ ਪਏ ਆ ਤੁਹਾਡੇ ਭਰਾ ਦੇ 5 ਵੱਜ ਗਏ ਰਹਿਰਾ ਸਾਹਿਬ ਦਾ ਪਾਠ ਹੋਈ ਜਾਂਦਾ ਗੁੱਡ ਬਾਏ ਅਤੇ ਕਿਹੜੀ ਪਾਠ ਸੁਣਨ ਦੇ ਨਾਲ ਨਾਲ ਪੱਠੇ ਕੁੱਤਰ ਲਾਂਗੇ ਸਪੀਕਰ ਚੱਲਦਾ ਬਾਬੇ ਜੀ ਦਾ ਅਤੇ ਕਰ ਲਈਏ ਕੰਮ ਕਾਰ ਠਹਿਰ ਕੇ ਕਰਦੇ ਗੱਲਬਾਤ ਆਪਾਂ ਬਾਬੇ ਠੀਕ ਹੈ ਬਹੁਤ ਖੱਜਲ ਹੋਇਆ ਤੁਹਾਡਾ ਭਰਾ ਜੇ ਮੈਨੂੰ ਤਾਂ ਗੁੱਸਾ ਚੜਿਆ ਪਿਆ ਹਜੇ ਜੇ ਕੰਮ ਹੋ ਜਾਂਦਾ ਫਿਰ ਨਹੀਂ ਮੈਨੂੰ ਗੁੱਸਾ ਚੜ੍ਹਨਾ ਸੀ ਚਲੋ ਵੇਟ ਵੀ ਕਰਨੀ ਪਈ ਕੋਈ ਚੱਕਰ ਨਹੀਂ ਹੈ ਨਾ ਇੰਨਾ ਟਾਈਮ ਵੇਟ ਵੀ ਕੀਤੀ ਕੰਮ ਨਹੀਂ ਹੋਇਆ ਪਤੰਗ ਹਜੇ ਵੀ ਚੜ੍ਹੀ ਜਾਂਦੇ ਕੋਠੇ 'ਤੇ ਗਰਾਊਂਡ ਵੀ ਨਹੀਂ ਜਾ ਹੋਇਆ 2 ਦਿਨ ਹੋ ਗਏ ਦੇਖਦੇ ਹੁਣ ਬਾਬੇ ਚੰਗਾ ਠਹਿਰ ਕੇ ਕਰਦੇ ਗੱਲਬਾਤ ਕੰਮ ਕਰ ਲਵਾਂ ਪਹਿਲਾਂ ਇਹ ਲਓ ਬਾਬੇ ਨਹਾ ਲਿਆ ਇਸ਼ਨਾਨ ਕਰ ਲਿਆ ਅਤੇ ਮੂੰਹ 'ਤੇ ਤੁਹਾਨੂੰ ਪਤਾ ਮੈਂ ਕੀ ਲਾਉਂਦਾ ਛੱਡੋ ਖੈਰ ਅਤੇ ਮੈਂ ਰੋਟੀ ਖਾਣ 'ਤੇ ਬੈਠਾ ਸੀਗਾ ਮਾਤਾ ਸੀਗੀ ਮਾੜੀ ਜਿਹੀ ਕਹਿੰਦੀ ਮਜ਼ਾਕ ਐਂ ਕਰਨਗੇ ਜੱਗ ਬਣ ਕੇ ਉਹ ਘੰਟਾ ਹੋ ਗਿਆ ਮੈਂ ਫੋਨ ਵੀ ਚਲਾ ਕੇ ਹਟ ਗਿਆ ਲੈ ਤੁਸੀਂ ਕਿੱਧਰ ਤੁਰੇ ਹੋ ਚਲੋ ਅੰਦਰ ਇਹਨਾਂ ਨੇ ਬਸ ਹੁਣ ਮੇਰੇ ਨਾਲ ਹੀ ਆਉਣਾ ਹੈ ਅਤੇ ਮਾੜਾ ਜਿਹਾ ਮਾਤਾ ਨੂੰ ਪੁੱਛ ਲਾ ਮੈਂ ਪੁੱਛਿਆ ਵੀ ਨਹੀਂ ਉਹਨੇ ਕਿ ਰੋਟੀ ਖਾ ਲਈ ਕਿ ਨਹੀਂ ਜੇ ਮਾਤਾ ਨੇ ਖਾਧੀ ਫਿਰ ਆਪਾਂ ਜਾ ਕੇ ਖਾ ਲਾਂਗੇ ਵਾਪਸ ਨਹੀਂ ਤਾਂ ਫਿਰ ਮਾਤਾ ਨਾਲ ਹੀ ਮੈਂ ਖਾਂਦਾ ਹੁੰਦਾ ਮੈਂ ਵੀ ਕਹਾਂ ਤਾਂ ਹੀ ਮਾਤਾ ਨੇ ਇੰਨਾ ਟਾਈਮ ਕਿਉਂ ਲਾਤਾ ਮਾਤਾ ਤਾਂ ਖਾ ਕੇ ਬੈਠੀ ਹੈ ਨਜ਼ਾਰੇ ਨਾਲ ਚਲੋ ਆ ਜਾਓ ਆਪਾਂ ਰਹਿ ਗਏ ਆਪਾਂ ਖਾਈਏ ਗੇਟ ਰਹਿੰਦੀ ਹੈ ਖੁੱਲ੍ਹਾ ਆ ਜਾ ਮੇਰੇ ਪੁੱਤ ਆ ਜਾ ਮੈਣਾ ਆ ਜਾਓ ਆ ਜਾਓ ਦੋ ਜਣੇ ਓਕੇ ਬਾਬੇ ਉਹ ਰਾਤ ਦੇ ਵੱਜ ਗਏ ਨੇ 10:30 ਵੀਡੀਓ ਆਪਾਂ ਕਰਦੀ ਐਡਿਟ ਅਤੇ ਹੁਣ ਮੈਂ ਸੈੱਟ ਦੇਣੀ ਆ ਪਬਲਿਕ ਕਰ ਦੇਣੀ ਸਵੇਰੇ ਐਡਾਂ ਉੱਡਾਂ ਲਾ ਕੇ ਮਾਤਾ ਦੇ ਘਰਾੜੇ ਸੁਣਦੇ ਤੁਹਾਨੂੰ ਦੇਖੇ ਇੱਦਾਂ ਕਰਕੇ ਮਾਰਦੇ ਗਏ ਫਿਰ ਕਹਿੰਦੀ ਮੈਂ ਮਾਰਦੀ ਨਹੀਂ ਅਤੇ ਚਲੋ ਮਿਲਦੇ ਹਾਂ ਆਪਾਂ ਬਾਬੇ ਨਵੇਂ ਬਲੌਗ ਦੇ ਵਿੱਚ ਲਵ ਯੂ ਆਲ ਗੁੱਡ ਨਾਈਟ